ਪਿਛਲੇ 2 ਹਫ਼ਤਿਆਂ ਤੋਂ ਰੁਕ ਰੁਕ ਕੇ ਹੋ ਰਹੀ ਬਾਰਿਸ਼ ਤੋਂ ਬਾਅਦ ਹੁਣ ਅਗਲੇ ਹਫ਼ਤੇ ਮੁੜ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਿਕ 26 ਅਤੇ 27 ਫਰਵਰੀ ਨੂੰ ਕਈ ਥਾਵਾਂ ਤੇ ਹਲਕਾ ਮੀਂਹ ਪੈ ਸਕਦਾ ਹੈ, ਜਦਕਿ 24 ਅਤੇ 25 ਫਰਵਰੀ ਨੂੰ ਬੱਦਲ ਛਾ ਸਕਦੇ ਨੇ। ਪਰ ਹੁਣ ਮੀਂਹ ਪੈਣ ਦੀ ਸੰਭਾਵਨਾ ਕਾਫੀ ਘੱਟ ਗਈ ਹੈ। ਅਜਿਹੇ ਹਾਲਾਤਾਂ ਵਿੱਚ ਆਉਂਦੇ ਹਫ਼ਤੇ ਦੌਰਾਨ ਠੰਡ ਵੱਧ ਸਕਦੀ ਹੈ। ਹਾਲਾਂਕਿ ਬੀਤੇ ਕੱਲ ਕੜਾਕੇ ਦੀ ਧੁੱਪ ਨਿਕਲੀ ਸੀ, ਪਰ ਅੱਜ ਯਾਨੀ ਕਿ ਐਤਵਾਰ ਨੂੰ ਚੰਡੀਗੜ੍ਹ ਦੇ ਨਾਲ ਨਾਲ ਪੰਜਾਬ ਦੇ ਕਈ ਮੁੱਖ ਸ਼ਹਿਰਾਂ ਵਿੱਚ ਬੱਦਲ ਛਾਏ ਹੋਏ ਦਿਖਾਈ ਦਿੱਤੇ ਨੇ। ਆਉਂਦੇ ਦਿਨਾਂ ਵਿੱਚ ਹੋਣ ਵਾਲੀ ਤਬਦੀਲੀਆਂ ਕਾਰਨ ਰਾਤ ਦਾ ਤਾਪਮਾਨ 2 ਡਿਗਰੀ ਤੋਂ ਘੱਟ ਸਕਦਾ ਹੈ। ਇਸ ਵਾਰ ਤਾਪਮਾਨ ਵਿੱਚ ਵਾਧਾ ਨਾ ਹੋਣਾ ਕਿਸਾਨਾਂ ਲਈ ਸ਼ੁਭ ਸੰਕੇਤ ਹੈ ਅਤੇ ਕਣਕ ਦਾ ਝੜ ਭਰਪੂਰ ਰਹਿਣ ਦੀ ਆਸ ਹੈ।